ਜਿੱਧਰ ਵੀ ਪਤਾ ਲੱਗਦਾ ਹੈ ਕਿ ਹੰਸਰਾਜ ਹੰਸਾਜ ਉੱਧਰ ਆ ਗਿਆ ਉੱਧਰ ਆ ਗਿਆ, ਲੋਕ ਇਸੇ ਤਰ੍ਹਾਂ ਝੰਡੇ ਚੁੱਕ ਕੇ ਉੱਧਰ ਨੂੰ ਤੁਰ ਪੈਂਦੇ ਨੇ। ਬੜਾ ਜ਼ਬਰਦਸਤ ਵਿਰੋਧ ਬੀਜੇਪੀ ਦਾ ਪਿੰਡਾਂ ਦੇ ਵਿੱਚ ਹੋ ਰਿਹਾ, ਖਾਸ ਕਰ ਹੰਸਰਾਜ ਹੰਸ ਦਾ ਵੀ। ਹੰਸਰਾਜ ਹੰਸ ਇਹ ਕਹਿੰਦਾ ਹੈ ਕਿ ਉਮੀਦਵਾਰ ਤਾਂ ਬਹੁਤ ਨੇ, ਮੇਰਾ ਇਕੱਲੇ ਦਾ ਵਿਰੋਧ ਇੰਨਾ ਕਿਉਂ ਹੋ ਰਿਹਾ। ਪਰ ਇਹ ਕਿਸਾਨ ਕਹਿੰਦੇ ਨੇ ਨਹੀਂ, ਅਸੀਂ ਸਾਰੇ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਇਹ ਕਿਸਾਨ ਕਹਿੰਦੇ ਨੇ ਕਿ ਹੰਸਰਾਜ ਹੰਸ ਕਹਿੰਦਾ ਹੈ ਮੈਂ ਗਰੀਬ ਬੰਦਾ, ਮੈਂ ਨਿਮਾਣਾ ਬੰਦਾ, ਮੈਂ ਫੱਕਰ ਬੰਦਾ। ਹੁਣ ਉਹ ਬੀਜੇਪੀ ਜਾ ਰਿਹਾ ਅਤੇ ਹੁਣ ਫੱਕਰ ਨਹੀਂ ਹੋ ਰਿਹਾ, ਜਿਵੇਂ ਉਹ ਅਸੀਂ 5 ਸਾਲ ਉਹ ਬਣਿਆ ਰਿਹਾ ਅਤੇ ਅਸੀਂ 13 ਮਹੀਨੇ ਉੱਥੇ ਬੈਠੇ ਰਹੇ ਬਾਰਡਰਾਂ 'ਤੇ। ਉੱਥੇ ਆ ਕੇ ਇੱਕ ਵਾਰ ਨਹੀਂ ਸਾਨੂੰ ਉਹਨੇ ਹੌਸਲਾ ਦਿੱਤਾ ਵੀ ਕੋਈ ਨਹੀਂ ਮੈਂ ਫੈਸਲਾ ਕਰਾਉਣਾ, ਜਾ ਕੇ ਮਹੀਨੇ ਨੂੰ ਜਾਂ 10 ਦਿਨਾਂ ਨੂੰ ਆਉਂਦਾ ਸਾਡੇ ਕੋਲ ਬੋਲਦਾ ਸਟੇਜ 'ਤੇ। ਫਿਰ ਅਸੀਂ ਵੀ ਉਹਨੂੰ ਕਹਿੰਦੇ ਵੀ ਠੀਕ ਆ ਫੱਕਰ ਆ ਯਾਰ, ਇਹ ਤਾਂ ਇਹਨੇ ਤਾਂ ਸਾਡਾ ਬਹੁਤ ਸੋਚਿਆ। ਚਲੋ 5 ਸਾਲ ਉਹਨੇ ਉਹਦਾ ਢਿੱਡ ਨਹੀਂ ਭਰਿਆ ਅਤੇ ਹੁਣ ਗਾਂਹ ਫਿਰ ਤੁਰ ਪਿਆ। ਅੱਗੇ ਤਾਂ ਸਾਨੂੰ ਉਹਨੇ ਦੂਜੇ ਸੂਬੇ 'ਚ ਵੜਨ ਤੋਂ ਰੋਕਤਾ, ਅੱਗੇ ਲਾ ਲਿਆ ਲਾਤੀਆਂ, ਫੋਰਸਾਂ ਲਾਤੀਆਂ ਅਤੇ ਵੱਡੇ ਵੱਡੇ ਕੰਧਾਂ ਕੱਢਤੀਆਂ ਅਤੇ ਹੁਣ ਸਾਨੂੰ ਫਿਰ ਜ਼ਿਲ੍ਹਿਆਂ 'ਚ ਨਹੀਂ ਜੇ ਬਣ ਗਏ ਤਾਂ ਸਾਨੂੰ ਜ਼ਿਲ੍ਹਿਆਂ 'ਚ ਵੀ ਨਹੀਂ ਵੜਨ ਦੇਣਾ, ਘਰੋਂ ਘਰ ਬੰਦ ਕਰ ਦੇਣਗੇ। ਫਿਰ ਅਸੀਂ ਇਸ ਕਰਕੇ ਇਹਦਾ ਵਿਰੋਧ ਕਰ ਰਹੇ ਹਾਂ, ਇਹਦਾ ਬੀਜੇਪੀ ਦਾ ਕਰ ਰਹੇ ਹਾਂ, ਹੰਸਰਾਜ ਦਾ ਨਹੀਂ ਅਸੀਂ ਕਰਦੇ। ਹੰਸਰਾਜ ਛੱਡ ਕੇ ਹੋਰ ਪਾਰਟੀ 'ਚ ਆ ਜੇ ਜਾਂ ਉਹ ਆਜ਼ਾਦ ਖੜ ਜੇ, ਅਸੀਂ ਉਹਦਾ ਸਵਾਗਤ ਕਰਾਂਗੇ, ਫੁੱਲਾਂ ਨਾਲ ਫੁੱਲ ਵੀ ਪਾਵਾਂਗੇ ਅਤੇ। ਪਰ ਇਹ ਜੇ ਬੀਜੇਪੀ ਜਿਹੜਾ ਫਿਰ ਨਹੀਂ ਹੈ, ਇਹ ਕਹਿੰਦੇ ਨੇ ਕਿ ਨਾ ਤਾਂ ਉਹ ਗਰੀਬ ਆ, ਬਹੁਤ ਪੈਸਾ ਉਹਨੇ ਗਾਇਕੀ ਨਾਲ ਕਮਾਇਆ, ਨਾ ਹੀ ਉਹ ਫੱਕਰ ਆ, ਨਾ ਹੀ ਉਹ ਨਿਮਾਣਾ। ਕਿਉਂਕਿ ਇਹ ਕਹਿੰਦੇ ਨੇ ਕਿ ਇੰਨੇ ਪੈਸਾ ਅਤੇ ਸ਼ੋਹਰਤ ਦੌਲਤ ਗਾਇਕੀ ਰਾਹੀਂ ਕਮਾ ਕੇ ਹੰਸਰਾਜ ਨੂੰ ਸਬਰ ਨਹੀਂ ਆਇਆ ਅਤੇ ਹੰਸਰਾਜ ਫਿਰ ਰਾਜਨੇਤਾ ਬਣਨ ਵੱਲ ਤੁਰ ਪਿਆ। ਫਿਰ ਇੱਕ ਵਾਰ ਜਦੋਂ MP ਬਣ ਗਿਆ, ਜਿੱਤ ਗਿਆ, ਉਸ ਤੋਂ ਬਾਅਦ ਫਿਰ ਸਬਰ ਨਹੀਂ ਆਇਆ, ਦੁਬਾਰਾ ਫਿਰ ਹੁਣ MP ਬਣ ਕੇ ਅਤੇ ਸੈਂਟਰ 'ਚ ਮੰਤਰੀ ਬਣਨ ਦੀ ਦੌੜ 'ਚ ਹੰਸਰਾਜ ਲੱਗਿਆ ਅਤੇ ਉਸ ਪਾਰਟੀ ਵੱਲੋਂ ਲੱਗਿਆ। ਇਹ ਕਹਿੰਦੇ ਜਿਹੜੀ ਪਾਰਟੀ ਨੇ ਕਿਸਾਨਾਂ ਦਾ ਬਹੁਤ ਬੁਰਾ ਕੀਤਾ, ਇਹ ਕਹਿੰਦੇ ਕਿ ਇਕੱਲੇ ਕਿਸਾਨਾਂ ਦਾ ਨਹੀਂ, ਇਹ ਕਿਸਾਨ ਬੋਲ ਰਹੇ ਨੇ ਕਿ ਪੂਰੇ ਦੇਸ਼ ਦੇ ਜਿੰਨੇ ਵੱਡੇ ਮਹਿਕਮੇ ਸੀ ਸਰਕਾਰੀ, ਉਹ ਸਾਰੇ ਪ੍ਰਾਈਵੇਟ ਕੰਪਨੀਆਂ ਨੂੰ ਮੋਦੀ ਰਾਜ 'ਚ ਵੇਚੇ ਗਏ, ਚਾਹੇ ਉਹ ਭਾਰਤ ਦੇ ਏਅਰਪੋਰਟ ਸੀ, ਚਾਹੇ ਭਾਰਤ ਦੀਆਂ ਬੰਦਰਗਾਹਾਂ ਸੀ, ਚਾਹੇ ਉਹ ਰੇਲਾਂ ਸੀ, ਚਾਹੇ ਵੱਡੇ ਵੱਡੇ ਸਰਕਾਰੀ ਅਦਾਰੇ BSNL ਵਰਗੇ ਸੀ, ਉਹ ਸਾਰੇ ਹੌਲੀ ਹੌਲੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦਿੱਤੇ ਗਏ। BSNL ਵਰਗੇ ਅਦਾਰਿਆਂ ਦੇ ਬਰਾਬਰ ਉੱਤੋਂ ਦੀ ਕੱਢ ਕੇ ਪ੍ਰਾਈਵੇਟ ਜੀਓ ਵਰਗੀਆਂ ਕੰਪਨੀਆਂ ਨੂੰ ਖੜ੍ਹਾ ਕੀਤਾ ਗਿਆ। ਇਹ ਕਹਿੰਦੇ ਇਕੱਲਾ ਖੇਤੀ ਨੂੰ ਹੀ ਨਹੀਂ ਮਾਰਿਆ ਜਾ ਰਿਹਾ, ਪੂਰੇ ਦੇਸ਼ ਦੇ ਸਾਰੇ ਹੀ ਤਬਕਿਆਂ ਦਾ ਨੁਕਸਾਨ ਕੀਤਾ ਜਾ ਰਿਹਾ। ਔਰ ਲਗਾਤਾਰ ਉਹ ਕਹਿੰਦੇ ਨੇ ਕਿ ਅਸੀਂ ਇਸੇ ਤਰ੍ਹਾਂ ਵਿਰੋਧ ਕਰਦੇ ਰਹਾਂਗੇ। ਤੁਸੀਂ ਦੇਖ ਸਕਦੇ ਹੋ ਉੱਧਰ ਉਸ ਗਲੀ ਦੇ ਵਿੱਚ ਕਲੀ ਵਿਛਾਈ ਆ ਹੰਸਰਾਜ ਹੰਸ ਦੇ ਲਈ, ਉਹਦੇ ਸਵਾਗਤ ਦੇ ਲਈ। ਅਤੇ ਇੱਧਰ ਤੁਸੀਂ ਦੇਖੋ ਜਦੋਂ ਹੰਸਰਾਜ ਆਪਣੇ ਦਿੱਤੇ ਟਾਈਮ ਤੋਂ ਬਾਅਦ ਵੀ ਇੱਥੇ ਨਹੀਂ ਪਹੁੰਚਿਆ ਤਾਂ ਇਹ ਕਿਸਾਨ ਇੱਥੇ ਪੱਕੇ ਤੌਰ 'ਤੇ ਦਰੀਆਂ ਵਿਛਾ ਕੇ ਬਹਿ ਗਏ ਨੇ। ਇਹ ਕਹਿੰਦੇ ਕਿ ਹੋ ਸਕਦਾ ਉਹ ਟਾਈਮ ਖੁੰਝਾ ਕੇ ਆਉਣ ਦੀ ਪਲੈਨਿੰਗ ਹੋਵੇ ਕਿ ਕੋਈ ਨਹੀਂ ਜ਼ਿਆਦਾ ਚਲੇ ਜਾਣਗੇ ਫਿਰ ਜਾਵਾਂਗੇ, ਤਾਂ ਉਹ ਕਹਿੰਦੇ ਅਸੀਂ ਤਾਂ ਦਰੀਆਂ ਵਿਛਾ ਕੇ ਬਹਿ ਗਏ ਹਾਂ, ਉਦੋਂ ਤੱਕ ਬੈਠਾਂਗੇ ਜਦੋਂ ਤੱਕ ਜਾਂ ਤਾਂ ਉਹਦੇ ਆਉਣਾ ਕੈਂਸਲ ਨਹੀਂ ਹੋ ਜਾਂਦਾ ਅਤੇ ਜਾਂ ਜੇ ਉਹ ਆਇਆ ਤਾਂ ਅਸੀਂ ਬੁਰੀ ਤਰ੍ਹਾਂ ਘਰਾਓ ਕਰਾਂਗੇ। ਕੀ ਕਹੋਗੇ ਜੀ? ਬਿਲਕੁਲ ਜੀ, BJP ਨੂੰ ਖਖਰਾਣੇ ਪਿੰਡ ਦੇ ਵਿੱਚ ਵੜਨ ਨਹੀਂ ਦੇਵਾਂਗੇ। ਐਂਟਰੀ ਹੋਣ ਤੋਂ ਪਹਿਲਾਂ ਅਸੀਂ ਤਿਆਰ ਬੈਠੇ ਹਾਂ, ਬਿਲਕੁਲ BJP ਨੂੰ ਪੁੱਠਾ ਵਾਪਸ ਮੋੜਾਂਗੇ। ਅਸੀਂ ਖਖਰਾਣਾ ਪਿੰਡ ਆ ਜਿਹੜਾ ਪੂਰਾ ਸਾਥ ਦੇ ਰਿਹਾ, BJP ਦਾ ਵਿਰੋਧ ਕਰ ਰਿਹਾ। ਇੱਕਾ ਦੁੱਕਾ ਬੰਦੇ ਹੁੰਦੇ ਆ ਜਿਹੜੇ ਸਾਦੇ ਹੁੰਦੇ ਆ, ਉਹਨਾਂ ਦੀ ਮਰਜ਼ੀ, ਉਹ ਸੱਦਣ ਉਹਨਾਂ ਨੂੰ,
ਪਰ ਮੈਂ ਇਸ ਚੀਜ਼ ਦੇ ਵਿੱਚ ਨਹੀਂ ਕਹਿੰਦਾ ਵੀ ਉਹਨਾਂ ਨੇ ਕਿਉਂ ਸੱਦਿਆ, ਇਹ ਤਾਂ ਆਪਦੀ ਜ਼ਮੀਰ ਹੁੰਦੀ ਬੰਦੇ ਦੀ, ਉਹਨੂੰ ਪਤਾ ਹੋਣਾ ਚਾਹੀਦਾ ਮੇਰੀ ਜ਼ਮੀਰ ਆ ਜਿਹੜੀ ਕਿਹੜੀ ਚੀਜ਼ ਨੂੰ ਇਜਾਜ਼ਤ ਦਿੰਦੀ ਆ। ਪਰ ਖਖਰਾਣੇ ਪਿੰਡ ਦੀ ਮੈਂ ਇਸ ਗੱਲੋਂ ਧੰਨਵਾਦ ਕਰਦਾ ਪੂਰੇ ਨਗਰ ਦਾ, ਜਿਹਨੇ ਇਸ ਪ੍ਰੋਗਰਾਮ ਨੂੰ ਰੱਦ ਕਰਾਉਣ ਦੇ ਲਈ ਪੂਰਾ ਸਾਥ ਦਿੱਤਾ ਜਥੇਬੰਦੀ ਦਾ। ਦੋਨੇ ਜਥੇਬੰਦੀਆਂ ਇੱਥੇ ਕ੍ਰਾਂਤੀਕਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਪਹੁੰਚੀ ਹੋਈ ਆ, ਅਤੇ ਵੱਡੀ ਪੱਧਰ 'ਤੇ ਅਸੀਂ ਇੱਥੇ ਇਕੱਠੇ ਹਜੇ ਬੰਦੇ ਸਾਡੇ, ਅਸੀਂ ਪ੍ਰੋਗਰਾਮ ਲੇਟ ਕਰਕੇ ਅਸੀਂ ਲੇਟ ਬੰਦਿਆਂ ਨੂੰ ਕਹਿਤਾ, ਉਹ ਬੰਦੇ ਸਾਡੇ ਹਜੇ ਪਹੁੰਚ ਰਹੇ ਆ, ਸ਼ਾਮ ਤੱਕ ਗਿਣਤੀ ਸਾਡੀ ਵੱਧ ਜਾਣੀ ਆ, ਐਨ BJP ਦਾ ਜਲੂਸ ਕੱਢ ਕੇ ਜਾਵਾਂਗੇ ਇੱਥੋਂ ਅੱਜ, ਆਵੇ ਚਾਹੇ ਨਾ ਆਵੇ। ਗਾਂਹ ਨੂੰ ਇਸ ਪਿੰਡ ਦੇ ਵਿੱਚ ਭੁੱਲ ਕੇ ਵੀ ਆਉਣ ਦਾ ਭੁਲੇਖਾ ਨਾ BJP ਸੋਚੇ, ਜੇ ਇਸ ਪਿੰਡ ਦੇ ਵਿੱਚ ਆਊਗੀ ਸਖਤੀ ਨਾਲ ਪੁੱਠਾ ਪਿੱਛੇ ਉਹਨਾਂ ਨਾਲ ਇਹ ਕਰਨੀ ਆ, ਦਿੱਲੀ ਵਾਲਾ ਉਹਨਾਂ ਨੂੰ ਖਖਰਾਣੇ ਪਿੰਡ ਦੇ ਵਿੱਚੋਂ ਕਰਕੇ ਵਿਖਾਉਣਾ। ਇਹ BJP ਨੂੰ ਚੈਲੇਂਜ ਆ, ਜਿਵੇਂ ਖਖਰਾਣੇ ਦਿੱਲੀ ਨੂੰ ਜਾਂਦੇ ਪੰਜਾਬ ਨੂੰ ਪੁੱਠੇ ਮੋੜੇ ਆ ਨਾ, ਖਖਰਾਣੇ ਤੋਂ ਪੁੱਠੇ ਦਿੱਲੀ ਨੂੰ ਮੋੜਨੇ ਆ। ਇਹ BJP ਨੂੰ ਚੇਤਾਵਨੀ ਆ ਕਿ ਭੁੱਲ ਭੁਲੇਖੇ ਦੇ ਵਿੱਚ ਖਖਰਾਣੇ ਪਿੰਡ ਦੇ ਵਿੱਚ ਨਾ ਵੜ ਜਾਓ। ਖਖਰਾਣਾ ਪਿੰਡ ਆ ਪੂਰਾ BJP ਦਾ ਵਿਰੋਧ ਕਰਨ ਵਾਸਤੇ ਤਿਆਰ ਬੈਠਾ, ਅਤੇ ਖਖਰਾਣੇ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਨ ਦੇਵਾਂਗੇ, ਕਿਉਂਕਿ ਕਿਰਤੀ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਦੀ ਨਿਗਾਹ ਬਾਜ਼ ਵਾਂਗੂ ਇਸ ਪਿੰਡ ਦੇ ਉੱਤੇ ਆ, ਅਤੇ ਅੱਜ ਮੇਰੀ ਕਿਰਤੀ ਕਿਸਾਨ ਯੂਨੀਅਨ ਦਾ ਪੂਰਾ ਬਲਾਕ ਆ ਜਿਹੜਾ ਇੱਥੇ ਡਟਿਆ ਹੋਇਆ, ਅਤੇ ਕਿਰਤੀ ਕਿਸਾਨ ਯੂਨੀਅਨ ਦਾ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ ਅਤੇ ਸਾਰੀ ਲੀਡਰਸ਼ਿਪ ਸਾਡੀ ਆ ਜਿਹੜੀ ਇੱਥੇ ਮੌਜੂਦ ਆ। ਸੋ ਮੈਂ ਧੰਨਵਾਦ ਤੁਹਾਡਾ ਕਰਦਾ ਜਿਹੜੇ ਕਿ ਬਹੁਤ ਸਮਾਂ ਕੱਢ ਕੇ ਆਏ ਆ, ਸੋ ਧੰਨਵਾਦ ਜੀ। ਮੇਰੇ ਬਾਪੂ ਜੀ ਹੰਸਰਾਜ ਹੰਸ ਕਹਿੰਦਾ ਵੀ ਮੈਂ ਤਾਂ ਗਰੀਬ ਜਿਹਾ ਬੰਦਾ, ਫੱਕਰ ਬੰਦਾ, ਨਿਮਾਣਾ ਬੰਦਾ, ਅਤੇ ਨਜਾਇਜ਼ ਮੇਰਾ ਵਿਰੋਧ ਕਰ ਰਹੇ ਨੇ। ਨਾ ਜੀ, ਨਜਾਇਜ਼ ਵਿਰੋਧ ਤਾਂ ਕੋਈ ਨਹੀਂ, ਕੋਈ ਫੱਕਰ ਨਹੀਂ ਸਨ ਤਾਂ ਦਿੰਦਾ ਉਹ, ਅੱਜ ਤੱਕ ਬੜਾ ਪੈਸਾ ਕਮਾਇਆ ਉਹਨੇ। ਹਰਜੀਤ ਗਰੇਵਾਲ ਵੀ ਉਹਦੇ ਵਿਰੁੱਧ ਹੋਇਆ ਫਿਰਦਾ, ਕਹਿੰਦਾ ਵੀ ਜੇ ਉਹਨੇ ਖੜਨਾ ਸੀ ਤਾਂ ਡਰਦਾ ਕਿਉਂ ਵਾ, ਅਤੇ ਬੜਾ ਪੈਸਾ ਕਮਾਇਆ ਉਹਨੇ, ਕੋਈ ਇਹਦੇ ਵਿੱਚ ਸਾਨੂੰ ਤਾਂ ਕੋਈ ਗਾਇਕੀ ਫੱਕਰ ਦਿੰਦਾ ਨਹੀਂ ਕੋਈ। ਜੀ ਉਹ ਫੱਕਰ ਤਾਂ ਸੀ ਪਹਿਲਾਂ, ਪਰ ਉਹ ਹੁਣ ਸਰਕਾਰ ਮੁਰਦਾਬਾਦ। BJP RSS ਮੁਰਦਾਬਾਦ। ਹੰਸਰਾਜ ਹੰਸ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ। ਹੰਸਰਾਜ ਹੰਸ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ। ਮੋਦੀ ਸਰਕਾਰ ਮੁਰਦਾਬਾਦ। ਕਿਸਾਨਾਂ ਦੀਆਂ ਮੰਗਾਂ ਮਾਰਨ ਵਾਲੀ ਸਰਕਾਰ ਮੁਰਦਾਬਾਦ। ਹੰਸਰਾਜ ਹੰਸ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ।